ਅਮਰਤਾ ਪ੍ਰੀਤਮ ਦੀ ਕਹਾਣੀ ਤੀਸਰੀ ਔਰਤ ਅਰਥੀਆਂ ਘਰਾਂ ਤੋਂ ਬਾਹਰ ਨਿਕਲਦੀਆਂ ਹਨ ਪਰ ਮੀਨਾ ਜਦੋਂ ਪੇਕੇ ਬੁਹੇ ਆਈ ਸਾਰਿਆਂ ਨੂੰ ਲੱਗਾ ਜਿਵੇਂ ਇੱਕ ਅਰਥੀ ਘਰ ਦੇ ਅੰਦਰ ਆਈ ਹੋਵੇ ਸਰਕਾਰੀ ਮੋਹਰਾਂ ਵਾਲਾ ਇੱਕ ਖੱਤ ਮੀਨਾ ਦੇ ਕਫਨ ਵਰਗਾ ਸੀ ਭਾਵੇਂ ਖੱਤ ਵਿੱਚ ਮੀਨਾ ਦੇ ਮਰਨ ਦੀ ਖਬਰ ਨਹੀਂ ਸੀ ਮੁਲਕ ਦੀ ਸਰਹੱਦ ਉੱਤੇ ਉਹਦੇ ਬੰਕੇ ਸਪਾਈਆਂ ਦੇ ਮਰਨ ਦੀ ਖਬਰ ਸੀ ਇਹ ਖਤ ਮੀਨਾ ਦੇ ਕਫਨ ਵਰਗਾ ਸੀ ਕਈ ਗੱਲਾਂ ਔਰਤ ਨੂੰ ਧੁਰੋਂ ਪਤਾ ਹੁੰਦੀਆਂ ਹਨ ਇਹ ਵੀ ਧੁਰੋਂ ਪਤਾ ਹੋਣ ਵਾਲੀਆਂ ਗੱਲਾਂ ਵਿੱਚੋਂ ਇੱਕ ਸੱਚੀ ਗੱਲ ਸੀ ਕਿ ਇਸ ਦੇਸ਼ 'ਚ ਮਰਦ ਇੱਕ ਵਾਰ ਮਰਦਾ ਹੈ ਪਰ ਉਹਦੇ ਮਰਨ ਪਿੱਛੋਂ ਉਹਦੀ ਔਰਤ ਜਿੰਨਾ ਚਿਰ ਜੀਉਂਦੀ ਹੈ ਪਤਾ ਨਹੀਂ ਕਿੰਨੀ ਵਾਰ ਮਰਦੀ ਹੈ ਸੁਮੀਨਾ ਜਦੋਂ ਇੱਕ ਅਰਥੀ ਵਾਂਗ ਪੇਕੇ ਘਰ ਆਈ ਕਰਦੀਆਂ ਗੁੰਗੀਆਂ ਕੰਧਾਂ ਵੀ ਤਰਾਸ-ਤਰਾਸ ਕਰਨ ਲੱਗ ਪਈਆਂ ਸਿਰਫ ਮਨੁੱਖ ਕੁਝ ਬੋਲ ਨਹੀਂ ਸਕਦਾ ਜਦੋਂ ਰੱਬ ਉਹਦੀ ਜੀਬ ਟੁੱਕ ਦਿੰਦਾ ਹੈ ਮੀਨਾ ਦੇ ਮਾਪਿਓ ਜਿਵੇਂ ਗੁੰਗੇ ਹੋ ਕੇ ਰਹਿ ਗਏ ਘਰ ਖੁੱਲਾ ਸੀ ਘਰ ਦੇ ਜੀਆਂ ਕੋਲ ਮੁੱਢ ਤੋਂ ਆਪਣੀ ਛੱਤ ਸੀ ਤੇ ਆਪਣੀਆਂ-ਆਪਣੀਆਂ ਕੰਧਾਂ ਛੋਟੇ ਤੋਂ ਛੋਟੇ ਬਾਲ ਦਾ ਵੀ ਘਰ ਚ ਨੋਂਗਾ ਸੀ ਸੋਮੀਨਾ ਜਦੋਂ ਆਈ ਸਿੱਧੀ ਆਪਣੇ ਕਮਰੇ 'ੰਜ ਚਲੀ ਗਈ ਜਿਵੇਂ ਕਦੀ ਸਕੂਲੋਂ ਜਾਂ ਕਾਲਜੋਂ ਆਕੇ ਜਾਂਦੀ ਹੁੰਦੀ ਸੀ ਪਰ ਘਰ ਦੇ ਕਮਰਿਆਂ ਦੇ ਬੂਹੇ ਜੇ ਮੁੱਢ ਵਿੱਚ ਸਧਾਰਨ ਤਰ੍ਹਾਂ ਖੁੱਲਦੇ ਤੇ ਸਧਾਰਨ ਤਰ੍ਹਾਂ ਬੰਦ ਹੁੰਦੇ ਸਨ ਪਿਛਲੇ ਵਿਆਹਾਂ ਵਰਿਆਂ ਤੋਂ ਸਰਾਪੇ ਹੋਏ ਸਨ ਹੁਣ ਇਹ ਵਿਆਹ ਤੇ ਤਲਾਕ ਜਨਮ ਤੇ ਮੌਤ ਜਿਹੇ ਹਾਦਸਿਆਂ ਦੇ ਹੱਥੋਂ ਖੁੱਲਦੇ ਤੇ ਬੰਦ ਹੁੰਦੇ ਸਨ ਬੁੱਢੇ ਮਾਪਿਓ ਕਦੇ ਸੁੱਕੀਆਂ ਅੱਖਾਂ ਨਾਲ ਹੋਣੀਆਂ ਨੂੰ ਵੇਖਦੇ ਸਨ ਕਦੇ ਗਿੱਲੀਆਂ ਅੱਖਾਂ ਨਾਲ ਅੱਜ ਤੋਂ 20 ਵਰੇ ਪਹਿਲਾਂ ਜਦੋਂ ਮੀਨਾ ਦੀ ਵੱਡੀ ਭੈਣ ਦਾ ਵਿਆਹ ਹੋਇਆ ਸੀ ਉਹਦਾ ਕਮਰਾ ਵਿਆਹ ਦੇ ਹਾਦਸੇ ਨੇ ਆਪਣੇ ਹੱਥੀਂ ਭੇੜਿਆ ਸੀ ਫਿਰ 2 ਵਰਿਆਂ ਪਿਛੋਂ ਜਦੋਂ ਪੀਕੇ ਘਰ ਵਿਆਹ ਮਾਣ ਆਈ ਸੀ ਬੱਚੇ ਦੇ ਜਨਮ ਨੇ ਆਪਣੇ ਹੱਥੀਂ ਉਸ ਕਮਰੇ ਦਾ ਬੂਹਾ ਖੋਲ੍ਹਿਆ ਸੀ ਫਿਰ ਚਲੀਏ ਦੇ ਅੰਦਰ ਜਦੋਂ ਦੁੱਧ ਚੁੰਗਦੇ ਬਾਲ ਨੂੰ ਵਿਲਕਦਿਆਂ ਛੱਡ ਕੇ ਮਰ ਗਈ ਤਾਂ ਮੌਤ ਨੇ ਆਪਣੇ ਹੱਥੀ ਉਸ ਕਮਰੇ ਦਾ ਬੂਆ ਬੰਦ ਕਰ ਦਿੱਤਾ ਜੰਮੇ ਬਾਲ ਨੂੰ ਪਹਿਲਾਂ ਉਹਦੇ ਦਾਦਕੇ ਲੈ ਗਏ ਸਨ ਪਰ ਜਦੋਂ ਅਲੂਏ ਬਾਲ ਨੂੰ ਸਾਹਮਣ ਔਖਾ ਹੋ ਗਿਆ ਸੀ ਉਹਨਾਂ ਨੇ ਬਾਲ ਨੂੰ ਨਾਨਕੇ ਭੇਜ ਦਿੱਤਾ ਤੇ ਹੋਣੀ ਨਹੀਂ ਉਸ ਬਾਲ ਦੇ ਨਿੱਕੇ ਨਿੱਕੇ ਹੱਥਾਂ ਨਾਲ ਫੇਰ ਉਹ ਕਮਰਾ ਖੋਲ੍ਹ ਦਿੱਤਾ ਸੀ ਇਸੇ ਤਰ੍ਹਾਂ ਮੀਨਾ ਦਾ ਭਰਾ ਅੱਜ ਤੋਂ 12 ਬਰੇ ਪਹਿਲਾਂ ਜਦੋਂ ਯੂਨੀਵਰਸਿਟੀ ਦੇ ਹੌਸਟਲ 'ਚ ਰਹਿਣ ਚਲਾ ਗਿਆ ਤਉ ਉਹਦਾ ਜਿਹੜਾ ਕਮਰਾ ਸਧਾਰਨ ਹੱਥਾਂ ਨੇ ਭੀੜਿਆ ਸੀ ਉਹ ਪੰਜਾਂ ਵਰਿਆਂ ਪਿੱਛੋਂ ਹੁਣੀ ਨੇ ਆਪਣੇ ਹੱਥਾਂ ਨਾਲ ਖੋਲ੍ਹਿਆ ਉਹ ਯੂਨੀਵਰਸਿਟੀ ਦੀ ਇੱਕ ਗੈਰ ਮਜ਼ਬਦ ਦੀ ਕੁੜੀ ਨੂੰ ਉਹਦੇ ਮਾਪਿਆਂ ਤੋਂ ਚੋਰੀ ਵਿਆਹ ਕੇ ਘਰ ਲਿਆਇਆ ਸੀ ਕਮਰਾ ਖੁੱਲ ਗਿਆ ਰੇਸ਼ਮੀ ਪਰਦਿਆਂ ਵਿੱਚ ਬੁਲੇਟਿਆ ਗਿਆ ਤੇ ਉਹਦੇ ਅੰਦਰੋਂ ਚੌਲਾਂ ਦੀ ਦੀਗ ਵਾਂਗ ਤੇ ਮਾਸ ਦੀ ਪੱਕ ਦੀ ਹਾਂਡੀ ਵਾਂਗ ਜਵਾਨੀ ਦੇ ਚੌਲਾਂ ਦੀ ਖੁਸ਼ਬੂ ਆਉਣ ਲੱਗ ਪਈ ਪਰ ਫਿਰ ਮਸਾ ਇੱਕ ਵਾਰਾ ਲੰਘਿਆ ਤੇ ਚਾਂਦ ਚੱਕੀ ਹੋਈ ਵਿਆਹ ਵਾਂਗ ਚਾਂਦ ਚੱਕੀ ਹੋਈ ਤਲਾਕ ਨੇ ਉਸ ਕਮਰੇ ਦਾ ਬੂਆ ਬੰਦ ਕਰ ਦਿੱਤਾ ਤੇ ਹੁਣ ਅੱਜ ਤੋਂ 3 ਬਰੇ ਪਹਿਲਾਂ ਮੀਨਾ ਦੇ ਵਿਆਹ ਨੇ ਉਹਦਾ ਜਿਹੜਾ ਕਮਰਾ ਬੰਦ ਕੀਤਾ ਸੀ ਉਹਦੇ ਰੰਡੇਪੇ ਨੇ ਉਹ ਆਪਣੇ ਹੱਥੀਂ ਖੋਲ ਦਿੱਤਾ ਇਸ ਕਮਰੇ ਵਿੱਚੋਂ ਮੀਨਾ ਡੋਲੀ ਵਾਂਗ ਗਈ ਸੀ ਅਰਥੀ ਵਾਂਗ ਆਈ ਬੁੱਢੇ ਮਾਂ ਬਾਪ ਉਹਨਾਂ ਦਰਸ਼ਕਾਂ ਵਾਂਗ ਸਨ ਜਿਨ੍ਹਾਂ ਨੂੰ ਜ਼ਿੰਦਗੀ ਨੇ ਸਭ ਕੁਝ ਦੇਖਣ ਲਈ ਬਨ ਨੂੜ ਕੇ ਬਿਠਾਇਆ ਹੋਇਆ ਹੋਵੇ ਮੀਨਾ ਦਾ ਭਰਾ ਹੁਣ ਮਰਚੰਟ ਨੇਵੀਚ ਸੀ ਤੇ ਦੋ ਵਰਿਆਂ ਤੋਂ ਦੇਸੋਂ ਬਾਹਰ ਸੀ ਤੇ ਮੋਈ ਭੈਣ ਦਾ ਪੁੱਤਰ ਜੋ ਹੁਣ 18 ਵਰਿਆਂ ਦਾ ਸੀ ਪਿਛਲੇ ਦੋ ਵਰਿਆਂ ਤੋਂ ਦੂਰ ਸ਼ਹਿਰ ਦੇ ਇੱਕ ਕਾਲਜ 'ਚ ਪੜਦਾ ਸੀ ਤੇ ਹੌਸਟਲ 'ਚ ਰਹਿੰਦਾ ਸੀ ਤੇ ਘਰ ਦੇ ਕੀ ਖੁੱਲੇ ਤੇ ਕੀ ਬੰਦ ਕਮਰੇ ਮੀਨਾ ਨੂੰ ਵੇਖ ਕੇ ਤਰਾਸ ਤਰਾਸ ਕਰਨ ਲੱਗ ਪਏ ਤੇ ਬੁੱਢੇ ਪਿਓ ਦੀਆਂ ਅੱਖਾਂ ਵਿੱਚ ਖੋਰੇ ਹੋਰ ਵੇਖਣ ਦੀ ਤਾਂਬ ਘਟ ਗਈ ਸੀ ਇਸ ਲਈ ਮੋਤੀਆ ਬਿੰਦ ਉਤਰ ਆਇਆ ਸਰਕਾਰੀ ਮੋਹਰਾਂ ਵਾਲਾ ਖੱਤ ਜਿਹੜਾ ਇੱਕ ਦਿਨ ਮੀਨਾ ਦੇ ਕਫਨ ਵਾਂਗ ਆਇਆ ਸੀ ਫਿਰ ਵੀ ਆਇਆ ਤੇ ਫਿਰ ਵੀ ਇੰਜ ਜਿਵੇਂ ਕਫਨ ਉੱਤੇ ਕੁਝ ਫੁੱਲ ਪਾਉਣੇ ਹੋਣ ਲਿਖਿਆ ਹੋਇਆ ਸੀ ਸਰਕਾਰ ਜੰਗੀ ਵਿਧਵਾਨ ਨੂੰ ਮਦਦ ਦੇਣਾ ਚਾਹੁੰਦੀ ਹੈ ਇਸ ਲਈ ਉਹਨਾਂ ਨੂੰ ਘਰ ਬਣਾਉਣ ਲਈ ਜ਼ਮੀਨਾਂ ਦੇएगी ਤੇ ਨਾਲ ਹੀ ਕਾਰ ਰੋਜ਼ਗਾਰ ਕਾਰ ਰੋਜ਼ਗਾਰ ਦੇ ਸਿਲਸਿਲੇ 'ਚ ਸਰਕਾਰ ਨੇ ਉਹਨਾਂ ਦੀ ਮਰਜ਼ੀ ਪੁੱਛੀ ਹੋਈ ਸੀ ਉਹ ਜੇ ਚਾਹਣ ਤਾਂ ਛੋਟੇ ਉਦਯੋਗਾਂ ਲਈ ਪੈਸਾ ਲੈ ਸਕਦੀਆਂ ਹਨ ਜਾਂ ਫੌਜੀ ਸਕੂਲਾਂ 'ਚ ਨੌਕਰੀਆਂ ਲੈ ਸਕਦੀਆਂ ਹਨ ਪਰ ਸਰਕਾਰੀ ਮੋਰਾਂ ਵਾਲੇ ਇੱਕ ਹੱਥ ਜੋ ਅਰਥੀ ਦੇ ਫੁੱਲਾਂ ਵਰਗੇ ਸਨ ਮੀਨਾ ਨੇ ਹੱਥਾਂ 'ਚ ਫੜੇ ਤੇ ਮਦੋਲ ਦਿੱਤੇ ਉਹਦੇ ਤੁਰੰਦਰਿਕ हिस्सा ਇੰਜ ਮਰ ਗਿਆ ਸੀ ਜਿਹਨੂੰ ਹੁਣ ਕਿਸੇ ਫੁੱਲਾਂ ਦੀ ਖੁਸ਼ਬੂ ਨਹੀਂ ਸੀ ਆਉਂਦੀ ਉਹ ਕੀ ਦਿਨੇ ਤੇ ਕੀ ਰਾਤੀ ਮੰਜੀ ਉੱਤੇ ਇੱਕ Laash ਵਾਂਗ ਪਈ ਰਹਿੰਦੀ ਮੀਨਾ ਦਾ ਭਰਾ ਦੇ ਸੋਂ ਦੂਰ ਸੀ ਚੌਂ ਦੇ ਨਾਲੀ ਵੀ ਨਹੀਂ ਸੀ ਆ ਪੜ ਸਕਦਾ ਪਰ ਮੋਈ ਭੈਣ ਦਾ ਪੁੱਤਰਾ ਵਿਨਾਸ਼ ਸ਼ਹਿਰ ਦੇ ਹੋਸਟਲ ਚੋਂ ਘਰ ਆ ਗਿਆ ਅਵਿਨਾਸ਼ ਨੇ ਜ਼ਿੰਦਗੀ ਚ ਮਾਂ ਨਹੀਂ ਸੀ ਵੇਖੀ ਭੈਣ ਨਹੀਂ ਸੀ ਵੇਖੀ ਤੋੜ ਜਨਮ ਤੋਂ ਲੈ ਕੇ ਆਪਣੇ ਨਾਲ ਕੋਈ ਖੇਡਣ ਵਾਲਾ ਨਹੀਂ ਸੀ ਵੇਖਿਆ ਤੇ ਉਹ ਨਸਬਨਾ ਦੀ ਥਾਵੇਂ ਸਿਰਫ ਮੀਨਾ ਉਹਨੂੰ ਗਲ ਨਾਲ ਲਾ ਕੇ ਪਹਿਲੀ ਵਾਰ ਡੱਕਿਆ ਹੋਇਆ ਰੋਣ ਰੋਈ ਸ਼ਾਇਦ ਉਹਨੂੰ ਗਲ ਨਾਲ ਲਾ ਕੇ ਨਹੀਂ ਉਹਦੇ ਗਲ ਨਾਲ ਲੱਗ ਕੇ ਅੱਜ ਤੋ ਤਿੰਨਵਰੇ ਪਹਿਲਾਂ ਇਹ ਵਿਨਾਸ਼ ਅਲੂਆ ਜਿਹਾ ਲੜਕਾ ਹੁੰਦਾ ਸੀ ਉਹ ਜਿਹਨੂੰ ਮੀਨਾ ਨੇ ਕੁਛੜ ਚੁੱਕ ਚੁੱਕ ਕੇ ਵੱਡਿਆਂ ਕੀਤਾ ਤੇ ਹੁਣ ਉਹ ਮੀਨਾ ਨਾਲੋਂ ਵੀ ਪੂਰਾ ਇੱਕ ਚੱਪਾ ਉੱਚਾ ਹੋ ਗਿਆ ਮਰਦ ਸੀ ਮਾਂ ਦੀ ਪਰੋਸੀ ਰੋਟੀ ਦੀ ਥਾਲੀ ਜਿਹੜੀ ਰੋਜ਼ ਵਰਾਨ ਜਾਂਦੀ ਸੀ ਹੁਣ ਜਦੋਂ ਵਿਨਾਸ਼ ਹੱਥ 'ਚ ਫੜ ਕੇ ਮੀਨਾ ਦੇ ਕੋਲ ਲਿਆਇਆ ਤੇ ਉਹਨੇ ਆਖਿਆ ਉਠ ਮੈਨੂੰ ਰੋਟੀ ਖਾਈਏ ਤਾਂ ਮੀਨਾ ਦੇ ਤਨ ਦੀ ਭੁੱਖ ਪਹਿਲੀ ਵਾਰ ਜਾਗੀ ਤੇ ਉਹਨੇ ਅਵਿਨਾਸ਼ ਦੇ ਨਾਲ ਰਲ ਕੇ ਪਹਿਲੀ ਵਾਰ ਰੱਜ ਕੇ ਰੋਟੀ ਖਾਧੀ ਮੀਨਾ ਦੀ ਭੁੱਖ ਨੂੰ ਜਗਾਉਣ ਵਾਲੀ ਇਹ ਰੋਟੀ ਦੀ ਵਾਸ਼ਨਾ ਨਹੀਂ ਸੀ ਇਹ ਵਿਨਾਸ਼ ਦੀ ਆਖੀ ਹੋਈ ਮੀਨੂ ਲਫਜ਼ ਦੀ ਵਾਸ਼ਨਾ ਸੀ ਮੀਨਾ ਜ਼ਿੰਦਗੀ ਵਿੱਚ ਸਾਰਿਆਂ ਲਈ ਜੰਮੀ ਨਾ ਸੀ ਜੰਮੀ ਨਾ ਜੀ ਪਰ ਅਵਿਨਾਸ਼ ਲਈ ਮੁੱਢ ਤੋਂ ਮੀਨੂ ਸੀ ਤੇ ਜਾਂ ਫਿਰ ਆਪਣੇ ਬੰਕੇ ਸਪਾਈਆਂ ਲਈ ਜ਼ਿੰਦਗੀ 'ਚ ਮੀਨੂ ਬਣੀ ਸੀ ਜਿਹੜੇ ਮੀਨਾ ਨੂੰ ਮੀਨਾ ਬੁਲਾਉਂਦੇ ਸਨ ਉਹ ਹਮੇਸ਼ਾ ਉਹਨੂੰ ਉਮਰ ਨਾਲੋਂ ਛੋਟੀ ਰੱਖਦੇ ਸਨ ਜਿਹੜੇ ਉਹਨੂੰ ਮੀਨਾ ਜੀ ਆਖਦੇ ਸਨ ਹਮੇਸ਼ਾ ਉਹਨੂੰ ਉਮਰ ਨਾਲੋਂ ਵੱਡੀ ਕਰ ਦਿੰਦੇ ਸਨ ਇਹ ਸਿਰਫ ਅਵਿਨਾਸ਼ ਸੀ ਭਾਵੇਂ ਉਹਦੇ ਨਾਲੋਂ 10 ਵਰੇ ਛੋਟਾ ਪਰ ਜਦੋਂ ਉਹਨੇ ਟੋਤਲੀ ਆਵਾਜ਼ ਸੋ ਨੂੰ ਮੀਨੂ ਆਖਿਆ ਸੀ ਉਦੋਂ ਵੀ ਉਹਨੂੰ ਆਪਣੇ ਹਾਨ ਦੀ ਕਰ ਲਿਆ ਸੀ ਤੇ ਜਦੋਂ ਵੱਡੇ ਹੋਏ ਨੇ ਉਹਦੇ ਕੋਲ ਸਕੂਲ ਦੇ ਸਵਾਲ ਸਮਝਦਿਆਂ ਉਹਨੂੰ ਮੀਨੂ ਆਖਿਆ ਸੀ ਤਾਂ ਵੀ ਉਹਦੇ ਹਾਨ ਦਾ ਹਉਖ ਲੁੱਟਾ ਸੀ ਫਿਰ ਮੀਨਾ ਦਾ ਜਦੋਂ ਵਿਆਹ ਹੋਇਆ ਉਹਨੇ ਆਪਣੇ ਬੰਕੇ ਸਪਾਈਆਂ ਨੂੰ ਇੱਕੋ ਗੱਲ ਆਖੀ ਸੀ ਕਿ ਉਹਨੂੰ ਉਹ ਮੀਨੂ ਬੁਲਾਇਆ ਕਰੇ ਤੋ ਆਪਣੇ ਆਖਰੀ ਖੱਤ ਤੱਕ ਉਹਨੂੰ ਮੀਨੂ ਬੁਲਾਉਂਦਾ ਰਿਹਾ ਤੇ ਉਹਦੀ ਮੌਤ ਨਾਲ ਮੀਨੂ ਹੀ ਤਾਂ ਮੋਈ ਸੀ ਬੁੱਢੇ ਕੰਬ ਦੇ ਹੱਥਾਂ ਨਾਲ ਉਹਦਾ ਸਿਰ ਪਲੋਸਦੇ ਉਹਦੇ ਮਾਪਿਓ ਦੀ ਧੀ ਮੀਨਾ ਅਜੇ ਵੀ ਜਿਉਂਦੀ ਸੀ ਤੇ ਵਕਫ ਤੇ ਸਰਕਾਰੀ ਸਹਾਇਤਾ ਦੇਣ ਵਾਲੇ ਸਮਾਜ ਦੀ ਮੀਨਾ ਜੀ ਵੀ ਜਿਉਂਦੀ ਸੀ ਪਰ ਜਿਹੜੇ ਹਾਨ ਨੇ ਉਹਨੂੰ ਮੀਨੂ ਕਹਿਣਾ ਸੀ ਉਹਦੀ ਮੌਤ ਨਾਲ ਮੀਨੂ ਮਰ ਗਈ ਸੀ ਅਵਿਨਾਸ਼ ਨੇ ਜਦੋਂ ਉਹਨੂੰ ਮੀਨੂ ਆਖਿਆ ਉਹਨੇ ਇੱਕ ਵਾਰ ਚੀਖ ਕੇ ਉਹਦੇ ਹੋਠਾਂ ਉਤੇ ਤਲੀ ਰੱਖ ਦਿੱਤੀ ਪਰ ਫਿਰ ਤਲੀ ਪਰਾਂ ਕਰ ਲਈ ਆਪਣੇ ਕੰਨਾਂ ਨਾਲ ਇੱਕ ਵਾਰੀ ਫਿਰ ਇਸ ਲਫ਼ਜ਼ ਨੂੰ ਸੁਣਨ ਲਈ ਸ਼ਾਇਦ ਮੌਤ ਦੇ ਹਟਕੋਰੇ ਵਾਂਗ ਤੇ ਫਿਰ ਉਹਨੇ ਅਵਿਨਾਸ਼ ਨੂੰ ਕੁਝ ਨਾ ਕਿਹਾ ਤੇ ਖਿਲਾੜ ਚ ਲਟਕੀ ਹੋਈ ਇਸ ਲਫ਼ਜ਼ ਨੂੰ ਵੇਖਦੀ ਰਹਿ ਗਈ ਕਈ ਗੱਲਾਂ ਜੋ ਔਰਤ ਨੂੰ ਧੁਰੋਂ ਪਤਾ ਹੁੰਦੀਆਂ ਹਨ ਇਹ ਵੀ ਉਹਨਾਂ ਗੱਲਾਂ ਵਿੱਚੋਂ ਇੱਕ ਗੱਲ ਸੀ ਕਿ ਇਸ ਲਫ਼ਜ਼ ਦਾ ਹੁਣ ਉਹਦੀ ਜ਼ਿੰਦਗੀ ਨਾਲ ਕੋਈ ਵਾਸਤਾ ਨਹੀਂ ਸੀ ਤੇ ਇਸ ਲਫ਼ਜ਼ ਨੂੰ ਹੁਣ ਕਦੇ ਉਹਨੇ ਹੱਥਾਂ ਨਾਲ ਨਹੀਂ ਸੀ ਛੋਣਾ ਪਰ ਉਫਟੀਆਂ-ਫਟੀਆਂ ਅੱਖਾਂ ਨਾਲ ਰੋਜ਼ ਇਹਨੂੰ ਦੂਰੋਂ ਦੀ ਵੇਖਣ ਲੱਗ ਪਈ। ਅਵਿਨਾਸ਼ ਉਹਦੇ ਸਾਹਮਣੇ ਰੋਟੀ ਲਿਆ ਕੇ ਰੱਖ ਦਿੰਦਾ। ਉਹ ਰੋਟੀ ਖਾ ਲੈਂਦੀ। ਅਵਿਨਾਸ਼ ਉਹਦੇ ਅੱਗੇ ਕੈਰਮ ਵਿਛਾ ਕੇ ਬਹਿ ਜਾਂਦਾ। ਉਹ ਕੈਰਮ ਖੇਡਣ ਲੱਗ ਪਈ। ਲੱਗ ਪੈਂਦੀ। ਅਵਿਨਾਸ਼ ਨੂੰ ਘਰ ਦੀ ਪਿਛਲੀ ਕੰਧ ਨਾਲ ਲੱਗਦੇ ਲੋਧੀ ਬਗੀਚੇ 'ਚ ਲੈ ਜਾਂਦਾ। ਉਹ ਰੁੱਖਾਂ ਦੀ ਛਾਂ 'ਚ ਛਾਂ ਵਾਂਗ ਤੁਰਦੀ ਰਹਿੰਦੀ। ਇੱਕ ਜਾਦੂ ਚਾਨਣ ਦਾ ਸੀ, ਇੱਕ ਹਨੇਰੇ ਦਾ। ਜਿਹੜਾ ਹੌਲੀ-ਹੌਲੀ ਮੀਨਾ ਦੇ ਦੁਆਲੇ ਲਪਟ ਗਿਆ। ਅਵਿਨਾਸ਼ ਜਿਹੜਾ ਹੁਣ ਪੂਰਾ ਇੱਕ ਚੱਪਾ ਮੀਨਾ ਨਾਲੋਂ ਸਿਰ ਕੱਢਦਾ ਉੱਚਾ ਲੰਬਾ ਹੋ ਗਿਆ ਸੀ। ਹਨੇਰੇ ਤੇ ਜਾਦੂ ਚ ਉਹਨੂੰ ਆਪਣੇ ਬੰਕੇ ਸਪਾਹੀਆਂ ਵਰਗਾ ਲੱਗਦਾ ਤੇ ਚਾਨਣ ਦੇ ਜਾਦੂ 'ਚ ਉਈ ਉਹ ਵਿਨਾਸ਼ ਟਾਇਆ ਤਿੰਨ ਮਹੀਨਿਆਂ ਦੀ ਉਮਰ ਦਾ ਹੋ ਜਾਂਦਾ ਜਿਹਨੂੰ ਮੀਨਾ ਨੇ ਛੋਟੀ ਜਈ ਮਾਵਾਂ ਆਪਣੀ ਝੋਲੀ 'ਚ ਖੜਾਇਆ ਸੀ ਮਰਦ ਮਰ ਜਾਏ ਤਾਂ ਔਰਤ ਦੇ ਭਾਵੇਂ ਸਾਰੇ ਅੰਗ ਜਿਉਂਦੇ ਰਹਿੰਦੇ ਹਨ ਪਰ ਉਹਦੀ ਕੁੱਖ ਜ਼ਰੂਰ ਮਰ ਜਾਂਦੀ ਹੈ ਤੇ ਮੀਨਾ ਨੂੰ ਆਪਣੀ ਮੋਈ ਹੋਈ ਕੁੱਖ ਦੀ ਹਵਾੜ ਚੜਨ ਲੱਗ ਪਈ ਤੇ ਇੱਕ ਹਸਰਤ ਆਈ ਜੇ ਉਹਨੇ ਬੰਕੇ ਸਪਾਈਆਂ ਨੂੰ ਆਪਣੀ ਕੁੱਖ 'ਚ ਸੰਭਲ ਲਿਆ ਹੁੰਦਾ ਉਹਦਾ ਇੱਕ ਟੁਕੜਾ ਦੁਨੀਆ 'ਚ ਜਿਉਂਦਾ ਰਹਿ ਜਾਣਾ ਸੀ ਕੁੰਜੀ ਹੋਈ ਘੜੀ ਮੀਨਾ ਦੇ ਪਿੰਡੇ ਵਿੱਚ ਚਿੱਕਾ ਮਾਰਨ ਲੱਗ ਪਈ ਤੇ ਫਿਰ ਇੱਕ ਦਿਨ ਉਹ ਵੇਲਾ ਸੀ ਜਦੋਂ ਚਾਨਣ ਤੇ ਹਨੇਰਾ ਇੱਕ ਦੂਜੇ ਨੂੰ ਮਿਲਦੇ ਹਨ ਮੀਨਾ ਵਿਨਾਸ਼ ਦੇ ਮੂੰਹ ਉੱਲ ਟੱਕ ਲਾ ਕੇ ਵੇਖਣ ਲੱਗ ਪਈ ਇਸ ਵੇਲੇ ਅਵਿਨਾਸ਼ ਦੇ ਮੂੰਹ ਦੋ ਮੂੰਹ ਰਲੇ ਹੋਏ ਸਨ ਇੱਕ ਮੀਨਾ ਦੇ ਮਰਦ ਦਾ ਮੂੰਹ ਤੇ ਇੱਕ ਉਸ ਮਰਦ ਤੋਂ ਹੋਣ ਵਾਲੇ ਬੱਚੇ ਦਾ ਮੀਨਾ ਨੂੰ ਪਤਾ ਸੀ ਇੱਕ ਹੁਣ ਇਸ ਦੁਨੀਆ 'ਚ ਨਹੀਂ ਸੀ ਤੇ ਦੂਜੇ ਨੇ ਹੁਣ ਇਸ ਦੁਨੀਆ 'ਚ ਆਉਣਾ ਨਹੀਂ ਸੀ ਕਰੋ ਹੈਰਾਨ ਤੱਕੀ ਜਾਂਦੀ ਸੀ ਕਿ ਸਾਹਮਣੇ ਇਹ ਦੋ ਪਰਛਾਵੇਂ ਜੇ ਕਿਉਂ ਦਿਸ ਰਹੇ ਹਨ ਇੱਕ ਚੇਤਨਵਸਥਾ ਵਿੱਚ ਇਹ ਸਾਹਮਣੇ ਕੋਈ ਪਰਛਾਵੇਂ ਨਹੀਂ ਇੱਕ ਹੁਣ ਦੇ ਜਵਾਨ ਜਹਾਨ ਦਿਸਦੇ ਅਵਿਨਾਸ਼ ਦਾ ਮੂੰਹ ਹੈ ਤੇ ਕਸਲੋਂ ਨਿੱਕੇ ਜੇ ਬਾਲ ਅਵਿਨਾਸ਼ ਦਾ ਚੇਤਾ ਤੇ ਜਿਹਦੇ ਨਾਲ ਉਹਦਾ 18 ਵਰਿਆਂ ਦਾ ਇੱਕ ਰਿਸ਼ਤਾ ਹੈ ਪਰ ਇੱਕ ਅਚੇਤਨਾ ਦੀ ਹਾਲਤ ਵੀ ਸੀ ਕਿ ਜੋ ਸਾਹਮਣੇ ਦਿਸ ਰਿਹਾ ਹੈ ਸਿਰਫ ਇੱਕ ਮਰਦ ਹੈ ਤੇ ਉਹ ਆਪ ਸਿਰਫ ਇੱਕ ਔਰਤ ਤੇ ਜਿਹਦੀ ਕੁੱਖ ਉਸ ਮਰਦ ਨੂੰ ਤੇ ਉਹਦੀ ਸਦੀਵੀ ਹੋਂਦ ਨੂੰ ਚੀਖ ਕੇ ਮੰਗ ਰਹੀ ਹੈ ਚਾਨਣ ਤੇ ਹਨੇਰਾ ਜਿਵੇਂ ਕੁਲਦੇ ਹਨ ਮੀਨਾ ਦੇ ਮਨ ਦੀਆਂ ਹਾਲਤਾਂ ਵੀ ਇੱਕ ਦੂਜੀ ਚ ਕੁਲ ਗਈਆਂ ਤੇ ਉਹਦੀਆਂ ਇੱਕ ਔਰਤ ਦੀਆਂ ਦੋਹਾਂ ਬਾਹਾਂ ਨੇ ਅੱਗਾ ਹੋ ਕੇ ਜਦੋਂ ਇੱਕ ਮਰਦ ਦੀਆਂ ਦੋਹਾਂ ਬਾਹਾਂ ਨੂੰ ਫੜਿਆ ਇੱਕ ਔਰਤ ਦੇ ਕੱਪੜੇ ਤੇ ਇੱਕ ਮਰਦ ਦੇ ਕੱਪੜੇ ਕੰਬ ਕੇ ਮਨਜੀ ਦੋ ਹੀ ਠਾਂ ਡਿੱਗ ਪਏ ਤੇ ਮਨਜੀ ਦੇ ਪਾਵਿਆਂ ਕੋਲ ਸਿਰ ਝੁਕਾ ਕੇ ਗੁੱਛਾ ਜਿਹਾ ਬਹਿ ਗਏ। ਇੱਕ ਸ਼ਾਂਤ ਰੂਹ ਨੂੰ ਰੂਹ ਦੇ ਛੋਣ ਵਾਲਾ ਪਲ ਨਹੀਂ ਸੀ। ਇੱਕ ਪਰਲੋ ਜਿਹੀ ਘੜੀ ਸੀ ਜਿਹਦੇ ਵਿੱਚ ਇੱਕ ਔਰਤ ਮਨ ਦੇਆਂ ਸੰਸਕਾਰਾਂ ਉੱਤੇ ਪੈਰ ਰੱਖ ਕੇ ਅਲਬ ਨੂੰ ਲਬਦੀ ਪਈ ਸੀ ਤੇ ਇੱਕ ਮਰਦ ਬੜਾ ਕਬਰਾ ਕੇ ਆਪਣੀ ਉਮਰ ਨਾਲੋਂ ਵੱਡਾ ਹੋ ਰਿਹਾ ਸੀ। ਪਰਲੋ ਦੀ ਘੜੀ ਲੰਘ ਗਈ ਤਾਂ ਮੀਨਾ ਇੱਕ ਨਵੀਂ ਮੌਤ ਮਰ ਗਈ। ਸਿਰਫ ਮੀਨਾ ਨਹੀਂ ਮੀਨੂ ਵੀ ਸਾਰੀ ਰਾਤ ਮੰਝੇ ਉੱਤੇ ਜਿਵੇਂ ਦੋ ਔਰਤਾਂ ਸਨ ਤੇ ਦੋਹਾਂ ਨੇ ਇੱਕ ਦੂਜੀ ਨੂੰ ਦੋਸ਼ ਦਿੰਦੇ ਆ ਇੱਕ ਦੂਜੀ ਨੂੰ ਮਾਰ ਦਿੱਤਾ ਸੀ ਤੇ ਸਵੇਰੇ ਜਿਹੜੀ ਔਰਤ ਕਮਰੇ ਤੋਂ ਬਾਹਰ ਨਿਕਲੀ ਉਹ ਇੱਕ ਤੀਸਰੀ ਔਰਤ ਸੀ ਤੇ ਉਹਨੇ ਮਧੋਲ ਕੇ ਸੁਟੇ ਸਰਕਾਰੀ ਕਾਗਜ਼ਾਂ ਉੱਤੇ ਛੇਤੀ ਨਾਲ ਦਸਖਤ ਕੀਤੇ ਤੇ ਲਿਖਿਆ ਉਹ ਛੇਤੀ ਤੋਂ ਛੇਤੀ ਕਿਸੇ ਦੂਰ ਦੇ ਪਹਾੜੀ ਇਲਾਕੇ ਦੇ ਸਕੂਲ 'ਚ ਨੌਕਰੀ ਕਰਨਾ ਚਾਹੁੰਦੀ ਹੈ ਤੇ ਥੋੜੇ ਦਿਨਾਂ ਪਿਛੋਂ ਉਸ ਘਰ ਦਾ ਇੱਕ ਕਮਰਾ ਜਿਹੜਾ ਇੱਕ ਹਾਦਸੇ ਨੇ ਖੋਲਿਆ ਸੀ ਇੱਕ ਹਾਦਸੇ ਨੇ ਫਿਰ ਬੰਦ ਕਰ ਦਿੱਤਾ ਮੀਨਾ ਦੂਰ ਪਹਾੜੀ ਇਲਾਕੇ ਦੇ ਇੱਕ ਸਕੂਲ 'ਚ ਚਲੀ ਗਈ ਸ਼ਾਇਦ ਹਮੇਸ਼ਾ ਲਈ ਧੰਨਵਾਦ